वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। अज आपां गल करनी है लुधियाणे इक गांधीजा बैठा गुरसिमरन मंड आए दिन पता नहीं इहनूं की चमूणे लड़न लग पैंदे आ। आए दिन कोई ना कोई विवादक बयान दिंदा ते सरकारां वी पता नहीं कन्न भलेट के क्यों बैठियां इहो जिहे कच्चियां पिल्लियां लुच्चियां नूं जिहड़े दबरू कु सूझे बंदे आ इन्हां नूं सिक्योरिटियां वी दित्तियां इन्हां दी राखी वी करदी सरकार। पता नहीं की गल किहड़ी चीज़ सरकार नूं इह दिंदे आ वी सरकार इन्हां दे मगर कमली हो जांदी इन्हां दी सिक्योरिटियां वी टाइट कर दिंदी जे कोई सिंघ बयान दिंदा ते। ਇਹ ਲੁੱਚੇ ਬੰਦੇ ਰੋਜ਼ ਆਏ ਦਿਨ ਕੋਈ ਨਾ ਕੋਈ ਸਿੰਘਾਂ 'ਤੇ ਟਿੱਪਣੀ ਕਰਦੇ, ਕਦੇ ਜਗਤਾਰ ਸਿੰਘ ਹਵਾਰੇ 'ਤੇ ਟਿੱਪਣੀ ਕਰ ਦਿੱਤੀ, ਕਦੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਲੇ 'ਤੇ ਟਿੱਪਣੀ ਕਰ ਦਿੱਤੀ। ਇਹਨਾਂ ਕੱਚਿਆਂ ਪਿੱਲਿਆਂ ਨੂੰ ਕੋਈ ਸਰਕਾਰ ਇਹਨਾਂ 'ਤੇ ਕੋਈ ਪਰਚਾ ਨਹੀਂ ਕਰਦੀ, ਇਹਨਾਂ ਨੂੰ ਸਿਕਿਉਰਟੀਆਂ ਦੇ ਕੇ ਮਜ਼ਬੂਤ ਕਰਦੀ ਹੈ ਵੀ ਹੋਰ ਤੁਸੀਂ ਕੰਮ ਕਰੋ। ਅਤੇ ਮੰਡ ਤੈਨੂੰ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ ਵੀ ਜੇ ਤੇਰੇ 'ਚ ਵਾਕਿਆ ਹਿੰਮਤ ਹੈਗੀ ਆ ਤੇ ਤੂੰ ਸਾਨੂੰ ਟਾਈਮ ਦੱਸ, ਅਸੀਂ ਆਵਾਂਗੇ ਜਾਂ ਜਿੰਨੀ ਸਿਕਿਉਰਿਟੀ ਲੈਣੀ ਲੈ ਵੀ ਨਾਲ ਆਪਣੇ। ਤੇ ਤੇਰੇ ਮੋਰ ਨਾ ਬਣਾਇਆ ਤੇ ਤੇਰੇ ਖੰਭ ਕੱਲੇ ਕੱਲੇ ਨਾ ਚੁਗੇ ਤੇ ਸਾਨੂੰ ਵੀ ਸਿੰਘ ਨਾ ਆਖੀ ਅਸੀਂ ਪੰਥ ਬੁੱਢੇ ਦਲ ਦੀਆਂ ਫੌਜਾਂ। ਤੇ ਤੈਨੂੰ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ ਹੱਥ ਹੌਲਾ ਕਰਨਾ ਪੈਣਾ ਵੀਰੇ ਦਾ, ਹੱਥ ਹੌਲੇ ਤੋਂ ਬਿਨਾਂ ਇਹਦੀ ਗੱਲ ਵੀ ਨਹੀਂ ਬਣਨੀ। ਅੱਗੇ ਇਹਨੂੰ ਮਾਂਡਰੂ ਪਤਾ ਅੱਗੇ ਦੋ ਕਦੇ ਚਪੇੜਾਂ ਮਾਰੀਆਂ ਸਿੰਘਾਂ ਨੇ ਤੇ ਤੜਫਦਾ ਫਿਰਦਾ ਸੀ, ਮੁੜ ਕੇ ਮੀਡੀਆ ਦੇ ਸਾਹਮਣੇ ਰੋਂਦਾ ਫਿਰਦਾ ਸੀ, ਕਲਾਉਂਦਾ ਫਿਰਦਾ ਸੀ। ਤੇ ਇੱਕੋ ਗੱਲ ਆ ਬੰਦੇ ਦਾ ਬਣ ਜਾ ਪੁੱਤ ਚੰਗਾ ਚਾਹੁੰਦਾ ਤੇ ਟਲ ਜਾ, ਜੇ ਨਾ ਟਲਿਆ ਤੇ ਫਿਰ ਤੈਨੂੰ ਪਤਾ ਵੀ ਤੈਨੂੰ ਨਿਹੰਗ ਸਿੰਘਾਂ ਦੇ ਹਜੇ ਤੱਕ ਹੱਥ ਨਹੀਂ ਉਹ ਲੱਗੇ, ਤੈਨੂੰ ਆਮ ਬੰਦਿਆਂ ਦੇ ਹੱਥ ਲੱਗੇ ਹੀ ਉਹ। ਤੇ ਜਦੋਂ ਨਿਹੰਗ ਸਿੰਘਾਂ ਦੇ ਹੱਥ ਲੱਗ ਗਏ ਤੇ ਤੂੰ ਬੰਦੇ ਦਾ ਬਣ ਜਾਣਾ ਹੀ ਪੁੱਤ। ਤੇ ਯਾਦ ਰੱਖ ਬੋਰੀ 'ਚ ਪਾਉਣ ਲੱਗਿਆਂ ਬਹੁਤਾ ਸਮਾਂ ਨਹੀਂ ਲੱਗਣਾ, ਇਹ ਕਰਕੇ ਜੇ ਕੋਈ ਸਿੰਘ ਕੰਮ ਕਰਨ ਡਿਆ ਉਹਨੂੰ ਕਰਨ ਦਿਓ ਸਾਡੇ ਨਾਲ, ਸਾਡੇ ਉਹਨਾਂ ਦੇ ਨਾਲ 100 ਮਤਭੇਦ ਹੋ ਸਕਦੇ ਆ, ਪਰ ਜਿਹੜਾ ਸਿੱਖ ਪੰਥ ਦੀ ਸੇਵਾ ਕਰਦਾ ਸੇਵਾਦਾਰ ਆ, ਅਸੀਂ ਉਹਦੇ ਹੱਕ 'ਚ ਹੀ ਹਾਂ, ਉਹਦੇ ਨਾਲ ਹੀ ਹਾਂ ਅਸੀਂ, ਭਾਵੇਂ ਕਿ ਅਸੀਂ ਉਹ ਕੋਹਾਂ ਦੂਰ ਬੈਠੇ ਹੋਈਏ ਤਾਂ ਵੀ ਉਹਦੇ ਨਾਲ ਹੀ ਹਾਂ ਜਿਹੜਾ ਪੰਥ ਦੀ ਗੱਲ ਕਰੂਗਾ। ਅਤੇ ਜੇ ਤੇਰੇ ਤੋਂ ਵਾਕਿਆ ਕਿ ਪਿਓ ਦਾ ਇੱਕ ਦਾ ਹੈਗਾ ਤੂੰ ਤਾਂ ਪੁੱਤਰੇ ਫੂਕਣ ਡਿਆ, ਉਹ ਤੇਰੇ ਭੜਵਈਏ ਕਿਹੜੇ ਇੱਥੇ ਇੰਡੀਆ 'ਚ ਨਹੀਂ ਰਹਿੰਦੇ, ਕਿਹੜੇ ਬਾਹਰ ਰਹਿੰਦੇ, ਇੰਡੀਆ 'ਚ ਰਹਿੰਦੇ ਆ, ਜਾ ਕੇ ਉਹਨਾਂ ਦੇ ਸਾਹਮਣੇ ਟੱਕਰ। ਸੋਸ਼ਲ ਮੀਡੀਆ ਜਿਹੜੇ ਆ ਮੀਡੀਆ ਵਾਲੇ ਉੱਥੇ ਜਾ ਕੇ ਇਹਨਾਂ ਦਾ ਇੰਟਰਵਿਊਆਂ ਲੈਂਦੇ, ਮੈਂ ਤਾਂ ਕਹਿੰਦਾ ਇਹਨਾਂ ਦਾ ਵੀ ਲੰਮਾ ਹੱਥ, ਇਹਨਾਂ ਦੇ ਲੰਮੇ ਹੱਥੀ ਇਹਨਾਂ ਨੂੰ ਵੀ ਲੈਣਾ ਚਾਹੀਦਾ ਨਾਲ ਹੀ, ਵੀ ਤੁਹਾਨੂੰ ਕੋਈ ਹੋਰ ਕੋਈ ਕੰਮ ਨਹੀਂ ਹੈਗਾ, ਜੇ ਕੋਈ ਚੱਜ ਦੇ ਕੋਈ ਬੰਦਾ ਕੋਈ ਕਾਰਜ ਕਰਦਾ, ਕੋਈ ਗਰੀਬ ਘਰਾਂ ਨਾਲ ਧੱਕਾ ਹੁੰਦਿਆਂ ਉਹਨਾਂ ਦੀਆਂ ਮੀਡੀਆ ਵਿੱਚ ਤੁਸੀਂ ਵੀ ਰੱਖੋ ਖਬਰਾਂ, ਚਲੋ ਮੰਨਿਆ ਜਾਵੇ ਵੀ ਤੁਸੀਂ ਕੋਈ ਭਲਾਈ ਦਾ ਕਾਰਜ ਕਰਨ ਡਿਆ, ਕੁਝ ਕੁ ਬੰਦੇ ਦੇ ਐਡੇ ਚਵਲ ਆ ਮੀਡੀਆ ਵਾਲੇ, ਇਹ ਉਹਦੇ ਨਾਸਾਂ 'ਚ ਮੈਕ ਦੇਈ ਜਾਣਗੇ। ਆਹ ਦੋ ਚਾਰ ਬੰਦੇ ਜਿਹੜੇ ਲੁਧਿਆਣੇ 'ਚ ਬਹਿ ਕੇ ਬਹੁਤਾ ਜ਼ਿਆਦਾ ਗੰਦ ਪਾਉਂਦੇ, ਇਹਨਾਂ ਦੇ ਗਰੀ ਮੈਕ ਕਰਨਗੇ ਜਾ ਕੇ, ਅੱਜ ਆਹ ਕਰਨਾ ਅੱਜ ਉਹ ਕਰਨਾ। ਅਸੀਂ ਬਸ ਇੰਨਾ ਕਹਿਣਾ ਚਾਹੁੰਦੇ ਹਾਂ ਵੀ ਟਲ ਜਾ, ਇਹ ਨਾ ਆਵੇ ਵੀ ਜਿੱਥੇ ਤੇਰੀ ਬੀਬੀ ਗਈ ਆ ਉੱਥੇ ਮਗਰੇ ਤੈਨੂੰ ਵੀ ਜਾਣਾ ਪਵੇ ਮੁੜ ਕੇ, ਵੀ ਇੱਥੇ ਤਾਂ ਹੁਣ ਤੂੰ ਬੀਬੀ ਦੀਆਂ ਫੋਟੋਆਂ ਲਾਈ ਫਿਰਦਾ ਨਾ ਟੀ ਸ਼ਰਟਾਂ 'ਤੇ, ਮੁੜ ਕੇ ਬੀਬੀ ਦੇ ਕੋਲ ਹੀ ਪੱਕਾ ਚੱਲ ਜਾਣਾ ਤੂੰ ਜੇ ਤੂੰ ਨਾ ਟਲਿਆ, ਤੇ ਸਿਰੋਂ ਪਾਣੀ ਲੰਘਦਾ ਜਾ ਰਿਹਾ ਹੀ ਉਹ। ਅਤੇ ਟਲ ਜਾ, ਚੰਗੀ ਗੱਲ ਆ, ਸਾਨੂੰ ਨਹੀਂ ਪਤਾ ਵੀ ਹੋਰ ਕੋਈ ਫੌਜ ਆਵੇ ਜਾਂ ਨਾ ਆਵੇ, ਪੰਥ ਬੁੱਢਾ ਦਲ ਆਊਗਾ ਅਤੇ ਫਿਰ ਉਦੋਂ ਪੰਥ ਬੁੱਢਾ ਦਲ ਨੇ ਫੌਜਾਂ ਭੇਜੀਆਂ ਸੀ ਜਿਹਨਾਂ ਮਸੀ ਰੰਗੜ ਦਾ ਸਿਰ ਲਾ ਕੇ ਖੜਿਆ ਸੀ। ਤੇ ਯਾਦ ਰੱਖ ਪੰਥ ਅੱਜ ਵੀ ਤਿਆਰ ਬਰ ਤਿਆਰ ਆ, ਜੇ ਨਿਹੰਗ ਸਿੰਘ ਚੁੱਪ ਕਰਕੇ ਬੈਠੇ ਤਾਂ ਮਤਲਬ ਇਹ ਨਾ ਸਮਝੋ ਵੀ ਨਿਹੰਗ ਸਿੰਘ ਜਾਂ ਕੋਈ ਕਰਨਾ ਭੁੱਲ ਗਏ ਆ ਜਾਂ ਸ਼ਸਤਰ ਵਿੱਦਿਆ ਭੁੱਲ ਗਏ ਜਾਂ ਸ਼ਾਸਤਰ ਵਿੱਦਿਆ ਭੁੱਲ ਗਏ ਆ, ਇਹ ਉਦੋਂ ਵੀ ਤਿਆਰ ਬਰ ਤਿਆਰ ਸੀ ਤੇ ਹੁਣ ਵੀ ਤਿਆਰ ਬਰ ਤਿਆਰ ਹੀ ਆ। ਬਸ ਇਹੋ ਜਿਹੜੇ ਕੱਚੇ ਪਿੱਲੇ ਜੇ ਬੰਦੇ ਆ ਇਹਨਾਂ ਨੂੰ ਇੱਕੋ ਗੱਲ, ਟਲ ਜਾਓ, ਚੰਗੀ ਗੱਲ ਆ, ਇਹਦੇ ਵਿੱਚ ਹੀ ਤੁਹਾਡੀ ਭਲਾਈ ਆ, ਕਿਉਂਕਿ ਮੁੜ ਕੇ ਤੁਹਾਨੂੰ ਲੋਕਾਂ ਨੇ ਤੁਹਾਡੇ ਵੀ ਬੁੱਤ ਬਣਾਉਣੇ ਸ਼ੁਰੂ ਕਰ ਦੇਣੇ ਵੀ ਇਹ ਬੜੇ ਪੰਥ ਦਰਦੀ ਸੀ, ਬੜਾ ਇਹ ਭਾਰਤ ਦੇਸ਼ ਨੂੰ ਪਿਆਰ ਕਰਨ ਵਾਲੇ ਸੀ। ਇਸ ਕਰਕੇ ਅਜੇ ਚਾਰ ਦਿਨ ਰੋਟੀ ਪਾਣੀ ਖਾਓ, ਚੰਗੀ ਗੱਲ ਆ ਤੁਹਾਡੇ ਵਾਸਤੇ, ਮੁੜ ਕੇ ਇਹ ਨਾ ਹੋਵੇ ਵੀ ਤੁਹਾਡਾ ਦਾਣਾ ਪੱਠਾ ਜਿਹੜਾ ਉਹ ਮੁੱਕ ਜੇ ਦੁਨੀਆ ਤੋਂ ਛੇਤੀ। ਇਸ ਕਰਕੇ ਮੈਂ ਫਿਰ ਇਹ ਗੱਲ ਕਹਿੰਦਾ ਵਾ ਟਿੱਪਣੀਆਂ ਕਰਨ ਵਾਲਿਆਂ ਨੂੰ ਵੀ ਸਾਡਾ 100 ਮਤਭੇਦ ਹੋ ਸਕਦਾ ਵਾ ਆਪਸੀ ਭਾਈਚਾਰੇ ਦੇ ਵਿੱਚ, ਕਿਉਂਕਿ ਜਦੋਂ ਮਿਸਲਾ ਕਾਇਮ ਸੀ ਉਦੋਂ ਵੀ ਬੜਾ ਆ ਭਾਈਆਂ ਦੇ ਵਿੱਚ ਆਪਸੀ ਭਾਈਚਾਰੇ ਦੇ ਵਿੱਚ ਬੜੀ ਵਾਰ ਡਾਂਗ ਖੜਕਦੀ ਰਹੀ ਆ, ਪਰ ਜਦੋਂ ਬਾਹਰੋਂ ਕੋਈ ਕੱਚਾ ਪਿਲਾ ਚੜ੍ਹ ਕੇ ਆਉਂਦਾ ਰਿਹਾ ਨਾ ਉਹਦੀ ਧੌਣ 'ਤੇ ਗੋਡਾ ਰਲ ਕੇ ਰੱਖਦੇ ਰਹੇ ਆ। ਅਤੇ ਇਹ ਕਰਕੇ ਕੋਈ ਵੀ ਜਿਹੜਾ ਸਿੱਖ ਬੰਦਾ ਸੇਵਾਦਾਰ ਬਣ ਕੇ ਸੇਵਾ ਕਰਨ ਡਿਆ ਉਹਦੀਆਂ ਲੱਤਾਂ ਨਾ ਖਿੱਚੋ, ਟਲ ਜਾਓ, ਚੰਗੀ ਗੱਲ ਆ। ਅਤੇ ਜੇ ਨਹੀਂ ਟਲ ਸਕਦੇ ਫਿਰ ਸਮਾਂ ਬੰਨ ਲਓ, ਤਾਂ ਸਮਾਂ ਬੰਨ ਕੇ ਸਾਨੂੰ ਦੱਸ ਦਿਓ, ਉੱਥੇ ਪਹੁੰਚ ਜਾਵਾਂਗੇ, ਬਾਕੀਆਂ ਤਾਂ ਕਿਸੇ ਨੂੰ ਆਉਣ ਦੀ ਲੋੜ ਹੀ ਨਹੀਂ, ਆਪ ਹੀ ਪਹੁੰਚ ਜਾਵਾਂਗੇ। ਇੰਨੀ ਕੁ ਫੌਜ ਸਾਡੇ ਕੋਲ ਹੈਗੀ ਆ ਵੀ ਲੁਧਿਆਣੇ ਨੂੰ ਅਸੀਂ ਕਾਬੂ ਕਰ ਸਕਦੇ ਹਾਂ, ਲੁਧਿਆਣਾ ਕੀ ਵੈਸੇ ਤਾਂ ਮਹਾਰਾਜ ਦੀ ਕਿਰਪਾ ਜਿੱਥੇ ਮਰਜ਼ੀ ਚੱਲ ਜਾਈਏ ਚੜ੍ਹਦੀ ਕਲਾ ਹੀ ਆ। ਖਾਲਸੇ ਨੇ ਤਾਂ ਪੂਰੇ ਸੰਸਾਰ 'ਤੇ ਰਾਜ ਕੀਤਾ, ਦੁਨੀਆਂ 'ਤੇ ਰਾਜ ਕੀਤਾ ਅਤੇ ਦੁਨੀਆਂ 'ਤੇ ਰਾਜ ਕਰਨਾ, ਬਾਕੀ ਅਸੀਂ ਸਦਾ ਹੀ ਪੰਥ ਦੇ
ਚਰਨਾਂ ਦੀ ਧੂੜ ਬਣ ਕੇ ਪੰਥ ਦੇ ਨਿਮਾਣੇ ਜੇ ਸੇਵਾਦਾਰ ਬਣ ਕੇ ਸੇਵਾ ਕੀਤੀ ਆ ਤੇ ਕਰਦੇ ਰਵਾਂਗੇ। ਇਹ ਜ਼ਰੂਰੀ ਨਹੀਂ ਆ ਵੀ ਅਸੀਂ ਮਤਲਬ ਕਿ ਸਾਨੂੰ ਦੁਨੀਆਂ ਨੂੰ ਸਾਬਤ ਕਰਨਾ ਪਊਗਾ, ਕਿਉਂਕਿ ਕਈ ਬੰਦੇ ਸਾਡੇ ਟਿੱਪਣੀਆਂ ਕਰਦੇ ਨਾ, ਉਹਨਾਂ ਨੂੰ ਟਿੱਪਣੀਆਂ ਕਰਨ ਵਾਲਿਆਂ ਕੋਲ ਵਿਚਾਰਿਆਂ ਕੋਲ ਕੰਮ ਧੰਦਾ ਤੇ ਹੈ ਨਹੀਂ ਆ, ਇਹ ਕਰਕੇ ਉਹਨਾਂ ਨੇ ਵੀ ਟਿੱਪਣੀਆਂ ਕਰਨੀਆਂ, ਉਹਨਾਂ ਦਾ ਰੋਟੀ ਪਾਣੀ ਇੱਥੋਂ ਚੱਲਦਾ, ਜੇ ਟਿੱਪਣੀ ਨਾ ਕਰਨ ਤੇ ਮਸ਼ਹੂਰ ਕਿੱਦਾਂ ਹੋਣ। ਇਹ ਕਰਕੇ ਅਸੀਂ ਉਹਨਾਂ ਲੋਕਾਂ ਵੱਲ ਧਿਆਨ ਨਹੀਂ ਦਿੰਦੇ, ਬਸ ਇੱਕੋ ਆ ਵੀ ਉਹਨਾਂ ਦੀਆਂ ਨੰਬਰ ਆਈਡੀਆਂ ਲਿਖ ਲਿਖ ਕੇ ਰੱਖੀਆਂ, ਜਿੱਦਣ ਜਿੱਦਣ ਸਾਡੇ ਨਜ਼ਰੀ ਚੜ੍ਹਦੇ ਰਹਿ ਆ ਵੇਖ ਲਓ ਫਿਰ ਬਾਬਾ ਅਕਾਲੀ ਜੀ ਫਿਰ ਹਰਪ੍ਰੀਤ ਸਿੰਘ ਹੋਣੀ ਇਹਨਾਂ ਨੂੰ ਸੇਵਾ ਦਾ ਮੌਕਾ ਦੇਈਦਾ ਫਿਰ, ਤੇ ਜਦੋਂ ਸੋਟਾ ਆਉਂਦਾ ਨਾ ਫਿਰ ਇਹਨੂੰ ਭਾਵੇਂ ਦਸ ਜਾਣੇ ਆਖਣਾ ਵੀ ਛੱਡਦੇ ਬਾਬਾ, ਛਡਾਉਣ ਵਾਲੇ ਦੇ ਪਹਿਲਾਂ ਛੱਡਦਾ ਹੈ। ਤੇ ਇਹ ਕਰਕੇ ਜਿਹੜੀਆਂ ਆਈਡੀਆਂ ਤੋਂ ਗਲਤ ਸਾਨੂੰ ਮੈਸੇਜ ਕੀਤੇ ਜਾਂਦੇ ਆ, ਅਸੀਂ ਨੰਬਰ ਨੰਬਰ ਸਾਰੇ ਨੋਟ ਕਰਕੇ ਰੱਖੇ ਆ। ਇਹ ਨਾ ਉਹ ਸੋਚਣ ਵੀ ਸਾਨੂੰ ਜੋ ਮਰਜ਼ੀ ਕਹੀ ਜਾਣੇ, ਅਸੀਂ ਕਹਿਣਾ ਕੱਖ ਨਹੀਂ ਆ। ਜਿੱਦਣ ਸਾਨੂੰ ਅੜਿੱਕੇ ਆ ਗਿਆ ਉਹਦਾ ਖੜਾਕ ਵੀ ਲਾਈਵ ਪਤਾ ਲੱਗੂਗਾ। ਬਾਕੀ ਪੰਥ ਦੀ ਸੇਵਾ ਕਰਨੀ ਆ, ਭਾਵੇਂ ਕਿ ਉਹ ਢਾਡੀ ਕਲਾ ਦੇ ਨਾਲ ਕਰੀਏ ਤੇ ਭਾਵੇਂ ਉਹ ਜਿਹੜੇ ਵਿਗੜੇ ਤਗੜੇ ਇਹੋ ਜਿਹੇ ਬੰਦੇ ਜਿਹੜੇ ਮੰਡ ਵਰਗੇ ਆ। ਇਹ ਕਰਕੇ ਅਸੀਂ ਵੀਡੀਓ ਪਾ ਰਹੇ, ਵੈਸੇ ਵੀਡੀਓ ਪਾਉਣਾ ਨਹੀਂ ਚਾਹੁੰਦੇ, ਅਸੀਂ ਸਿੱਧਾ ਲੁਧਿਆਣੇ ਜਾਣਾ ਚਾਹੁੰਦੇ ਸੀ, ਅਸੀਂ ਤਿਆਰ ਬਰਤਿਆਰ ਹੀ ਬੈਠੇ ਹਾਂ। ਅਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਮਹਾਰਾਜ ਦੇ ਸਾਨੂੰ ਸਮਝਾਇਆ ਕਿ ਪਹਿਲਾਂ ਸੁਚੇਤ ਕਰੋ, ਜੇ ਉਹ ਸੁਚੇਤ ਹੋ ਜਾਵੇ ਚੰਗੀ ਗੱਲ ਆ, ਮੁੜ ਕੇ ਨਾ ਆਖੇ ਵੀ ਬਿਨਾਂ ਦੱਸਿਆ ਖਾਲਸ ਨੇ ਆ ਕੇ ਧੌਣ 'ਤੇ ਗੋਡਾ ਰੱਖ ਲਿਆ, ਕਿਉਂਕਿ ਜਿਹੜੇ ਨਾਲ ਮੁਲਾਜ਼ਮਾਂ ਵੀ ਸਾਡੇ ਭਰਾ ਵਾ, ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦਾ ਨੁਕਸਾਨ ਹੋਵੇ। ਇਹ ਕਰਕੇ ਸਰਕਾਰ ਨੂੰ ਇਹੋ ਗੱਲ ਕਹਿੰਦੇ ਹਾਂ ਵੀ ਇਹਨੂੰ ਬੋਰੀ 'ਚ ਪਾ ਲਓ, ਚੰਗੀ ਗੱਲ ਜੇ ਤੁਸੀਂ ਨਾ ਪਾਇਆ ਤਾਂ ਫਿਰ ਅਸੀਂ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।